ਸਾਡੇ ਸੁਤੰਤਰਤਾ ਸੰਗਰਾਮੀਆਂ ਨੇ ਜਿਹੜੇ ਸ਼ਹੀਦ ਭਗਤ ਸਿੰਘ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਜੋ ਆਜ਼ਾਦੀ ਦਾ ਸੁਪਨਾ ਲਿਆ ਸੀ, ਉਸ ਤਰ੍ਹਾਂ ਦੀ ਆਜ਼ਾਦੀ ਵੱਲ ਨੂੰ ਲੈ ਕੇ ਜਾਣ ਵਾਸਤੇ ਇੱਕ ਹੋਰ ਸੰਘਰਸ਼ ਦੀ ਲੋੜ ਹੈ। ਇਹ ਜਿਹੜਾ 15 ਅਗਸਤ 1947 ਆ, ਇਹ ਕੋਈ ਆਜ਼ਾਦੀ ਨਹੀਂ ਹੈਗੀ, ਇਹ ਸਿਰਫ ਸੱਤਾ ਦਾ ਪਰਿਵਰਤਨ ਆ, ਇੱਕ ਹੱਥ ਦੇ ਵਿੱਚੋਂ ਦੂਜੇ ਹੱਥਾਂ ਦੇ ਵਿੱਚ ਗਈ ਆ। ਜਦੋਂ ਵੰਡ ਹੋਈ ਆ, ਵੰਡ ਨੂੰ ਕਦੇ ਵੀ ਆਜ਼ਾਦੀ ਦਾ ਨਾਮ ਨਹੀਂ ਦਿੱਤਾ ਜਾ ਸਕਦਾ, ਤ੍ਰਾਸਦੀ ਦਾ ਨਾਮ ਦਿੱਤਾ ਜਾ ਸਕਦਾ। ਕਿਸੇ ਵੀ ਦੇਸ਼ ਦਾ ਪ੍ਰਬੰਧ ਉਸ ਦੀ ਤਾਲੀਮ 'ਤੇ ਟਿਕਿਆ ਹੁੰਦਾ ਅਤੇ ਇਹ ਤਾਲੀਮ ਵਿੱਦਿਅਕ ਅਦਾਰਿਆਂ ਵਿੱਚ ਦਿੱਤਾ ਜਾਂਦਾ। ਅੱਜ ਆਜ਼ਾਦੀ ਦਿਵਸ ਮੌਕੇ ਵੱਖ ਵੱਖ ਖੇਤਰਾਂ ਦੇ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਤੋਂ ਜਾਣਦੇ ਹਾਂ ਕਿ ਆਜ਼ਾਦੀ ਨੂੰ ਲੈ ਕੇ ਉਹਨਾਂ ਦਾ ਕੀ ਨਜ਼ਰੀਆ ਕਿ ਭਾਰਤ ਨੂੰ ਇੱਕ ਹੋਰ ਆਜ਼ਾਦੀ ਦੀ ਲੜਾਈ ਦੀ ਲੋੜ ਹੈ। ਭਾਰਤ ਨੂੰ ਉਹ 15 ਅਗਸਤ ਵਾਲੀ ਉਹ ਸੱਚੀ ਆਜ਼ਾਦੀ ਜਿਹੜੀ 15 ਅਗਸਤ 1947 ਤੋਂ ਪਹਿਲਾਂ ਦੇ ਸਾਡੇ ਸੁਤੰਤਰਤਾ ਸੰਗਰਾਮੀਆਂ ਨੇ ਜਿਹੜੇ ਸ਼ਹੀਦ ਭਗਤ ਸਿੰਘ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਜੋ ਆਜ਼ਾਦੀ ਦਾ ਸੁਪਨਾ ਲਿਆ ਸੀ, ਉਸ ਤਰ੍ਹਾਂ ਦੀ ਆਜ਼ਾਦੀ ਵੱਲ ਨੂੰ ਲੈ ਕੇ ਜਾਣ ਵਾਸਤੇ ਇੱਕ ਹੋਰ ਸੰਘਰਸ਼ ਦੀ ਲੋੜ ਹੈ, ਇੱਕ ਹੋਰ ਸੁਤੰਤਰਤਾ ਅੰਦੋਲਨ ਦੀ ਲੋੜ ਹੈ। ਜਦੋਂ ਉਹ ਅੰਦੋਲਨ ਜਿੱਤਿਆ ਜਾਊਗਾ ਤਾਂ ਮੈਂ ਮਾਣ ਨਾਲ ਆਪਣੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਕਹਿ ਸਕੂੰਗਾ ਕਿ ਤੁਹਾਨੂੰ ਸੁਤੰਤਰਤਾ ਦਾ ਇਹ ਦਿਨ ਮੁਬਾਰਕ ਹੋ। ਜਿਹੜੀ ਆਜ਼ਾਦੀ ਦੀ ਅਸੀਂ ਗੱਲ ਕਰ ਰਹੇ ਹਾਂ, ਸਹੀ ਮਾਇਨੇ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ, ਕਿਉਂਕਿ 1947 ਦੇ ਵਿੱਚ ਇੱਕ ਸਮਝੌਤਾ ਹੋਇਆ ਸੀ। ਉਹ ਜਿਹੜਾ ਸਮਝੌਤਾ ਸੀਗਾ, ਸਿਰਫ ਇੱਕ ਰਾਜਨੀਤਿਕ ਆਜ਼ਾਦੀ ਜ਼ਰੂਰ ਮਿਲੀ ਆ, ਭਾਰਤ ਦੇ ਲੋਕਾਂ ਨੂੰ ਆਪਣੀ ਸਰਕਾਰ ਬਣਾਉਣ ਦੀ ਆਜ਼ਾਦੀ ਹੈ, ਪਰ ਆਰਥਿਕ ਆਜ਼ਾਦੀ ਜਿਹੜੀ ਸਭ ਤੋਂ ਜ਼ਰੂਰੀ ਹੁੰਦੀ ਹੈ, ਉਹ ਅੱਜ ਤੱਕ 71 ਸਾਲਾਂ ਦੇ ਬਾਵਜੂਦ ਵੀ ਨਹੀਂ ਮਿਲੀ। ਸੰਨ 1947 ਦੇ ਵਿੱਚ ਜੇ ਪਾਕਿਸਤਾਨ ਵੀ ਜਿਹੜਾ ਇਹਨੂੰ ਆਪਣੀ ਆਜ਼ਾਦੀ ਸਮਝਦਾ ਆ ਵੀ 14 ਅਗਸਤ ਨੂੰ ਸਾਨੂੰ ਆਜ਼ਾਦੀ ਮਿਲੀ ਹੈ, ਅਤੇ ਭਾਰਤ ਵੀ 15 ਅਗਸਤ ਨੂੰ ਆਪਣੀ ਆਜ਼ਾਦੀ ਸਮਝਦਾ, ਪਰ ਇਹ ਬੜੀ ਵੱਡੀ ਤ੍ਰਾਸਦੀ ਆ। ਅਤੇ ਸਾਨੂੰ ਪਤਾ ਵੀ ਉਸ ਟਾਈਮ ਦੇ ਵਿੱਚ ਜਦੋਂ ਵੰਡ ਹੋਈ ਆ, ਵੰਡ ਨੂੰ ਕਦੇ ਵੀ ਆਜ਼ਾਦੀ ਦਾ ਨਾਮ ਨਹੀਂ ਦਿੱਤਾ ਜਾ ਸਕਦਾ, ਤ੍ਰਾਸਦੀ ਦਾ ਨਾਮ ਦਿੱਤਾ ਜਾ ਸਕਦਾ। 15 ਅਗਸਤ ਇੱਕ ਅਜਿਹਾ ਦਿਨ, ਅਜਿਹਾ ਦਿਹਾੜਾ ਜਿਹੜਾ ਮੂੰਹ ਵਿੱਚ ਆਵੇ ਤਾਂ ਮਿਸ਼ਰੀ ਘੁਲ ਜਾਂਦੀ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਮਿਸ਼ਰੀ ਦੀ ਥਾਂ 'ਤੇ ਸਾਡੇ ਚਿਹਰੇ 'ਤੇ ਕੁੜੱਤਣ ਹੈ, ਸਾਡੀ ਜ਼ਬਾਨ ਦੇ ਉੱਤੇ ਮਿਸ਼ਰੀ ਨਹੀਂ ਬਲਕਿ ਇਸ ਦੀ ਥਾਂ ਉੱਤੇ ਫਿਟਕੜੀ ਵਰਗੀ ਸਹਿਜ ਅਸਹਿਜ ਕਈ ਤਰ੍ਹਾਂ ਦੀ ਭਾਸ਼ਾ ਹੈ। ਇਹ ਕੁੜੱਤਣ ਕਿਉਂ ਹੈ, ਅੱਜ ਦੇ ਦਿਨ ਇਹੀ ਸੋਚਣ ਦੀ ਜ਼ਰੂਰਤ ਹੈ। ਅਸੀਂ 1 ਮਿੰਟ ਲਾਉਂਦੇ ਹਾਂ ਕਹਿਣ 'ਤੇ ਆਜ਼ਾਦੀ ਅਧੂਰੀ ਆਈ, ਸਾਡੀ ਆਜ਼ਾਦੀ ਨੂੰ ਗੁਲਾਮ ਚੰਗੇ ਸੀ, ਪਰ ਯਾਦ ਕਰੀਏ ਕਿ 70 ਵਰੇ ਪਹਿਲਾਂ ਜਦੋਂ ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਜ਼ਾਦੀ ਲੈ ਕੇ ਆਉਂਦੀ, ਅੱਜ ਸਾਡਾ ਦੇਸ਼ ਇੱਕ ਕੌਮ ਦੇ ਤੌਰ 'ਤੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ, ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਸਾਡੇ ਵਰਗਾ ਮੁਕੱਦਸ ਸੰਵਿਧਾਨ ਬਹੁਤ ਥੋੜ੍ਹੀਆਂ ਥਾਵਾਂ 'ਤੇ ਹੈ, ਆਜ਼ਾਦੀ ਕਰਕੇ ਅਸੀਂ ਗਰੀਬ ਲੋਕ ਵੀ ਪੜ੍ਹ ਕੇ ਉੱਤੇ ਆ ਗਏ ਹਾਂ। ਜੇ ਕਿਤੇ ਕੋਈ ਕਮਜ਼ੋਰੀਆਂ ਰਹਿ ਗਈਆਂ, ਅਸੀਂ ਆਜ਼ਾਦੀ ਨਹੀਂ ਸੰਭਾਲ ਸਕੇ, ਬਾਂਦਰਾਂ ਦੇ ਹੱਥ ਬਨਾਰ ਦੀਆਂ ਟੋਪੀਆਂ ਆ ਗਈਆਂ, ਤਾਂ ਕਸੂਰ ਸਾਡਾ। 70ਵਾਂ 71ਵਾਂ 73ਵਾਂ 73ਵਾਂ ਇਹ ਆਜ਼ਾਦੀ ਦੇ ਦਿਹਾੜੇ ਇਸ ਤਰ੍ਹਾਂ ਹੀ ਆਉਂਦੇ ਰਹਿਣਗੇ, ਬੰਦੇ ਆਉਂਦੇ ਰਹਿਣਗੇ, ਬੰਦੇ ਜਾਂਦੇ ਰਹਿਣਗੇ। ਕੀ ਉਹ ਆਜ਼ਾਦੀ ਨਾਲ ਜ਼ਿੰਦਗੀ ਮਾਣ ਕੇ ਜਾਂਦੇ ਨੇ, ਇਹ ਸਵਾਲ ਹਮੇਸ਼ਾ ਹੀ ਮਨੁੱਖਤਾ ਦੇ ਮੂਹਰੇ ਖੜ੍ਹਾ ਰਹੂਗਾ। ਜਿੱਥੋਂ ਤੱਕ ਮੇਰਾ ਨਿੱਜੀ ਤੌਰ 'ਤੇ ਮੰਨਣਾ ਕਿ ਮਹਿਜ਼ ਇੱਕ ਸਾਨੂੰ ਝੰਡਾ ਮਿਲ ਜਾਣਾ ਜਾਂ ਇੱਕ ਸੰਵਿਧਾਨ ਮਿਲ ਜਾਣਾ ਆਜ਼ਾਦੀ ਨਹੀਂ ਹੁੰਦਾ, ਆਜ਼ਾਦੀ ਸਾਡਾ ਜੀਵਨ ਜਿਉਣ ਦਾ ਇੱਕ ਨਜ਼ਰੀਆ ਹੁੰਦਾ ਹੈਗਾ। ਅਸੀਂ ਉਹਦੇ ਵਿੱਚ ਕਿੰਨੀ ਕੁ ਇਮਾਨਦਾਰੀ ਨਾਲ ਵਿਚਰਦੇ ਹਾਂ, ਅਸੀਂ ਕਿੰਨੀ ਕੁ ਅਵੇਅਰਨੈਸ ਨਾਲ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ। ਆਜ਼ਾਦੀ ਨਾਲ ਜਿਉਣ ਲਈ ਸਾਨੂੰ ਜਿੱਥੇ ਸਾਡੇ ਆਲੇ ਦੁਆਲੇ ਦਾ ਪੂਰਨ ਗਿਆਨ ਚਾਹੀਦਾ ਹੈ, ਇਸ ਤੋਂ ਇਲਾਵਾ ਸਾਨੂੰ ਆਉਣ ਵਾਲੇ ਸਮੇਂ ਬਾਰੇ ਵੀ ਪੂਰਨ ਗਿਆਨ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਨਾਲ ਸਾਡੇ 'ਤੇ ਸਾਡੀ ਆਜ਼ਾਦੀ 'ਤੇ ਹਮਲਾ ਹੋ ਰਿਹਾ, ਅਸੀਂ ਉਸ ਤੋਂ ਕਿਸ ਤਰ੍ਹਾਂ ਬਚਾਅ ਕਰ ਸਕਦੇ ਹਾਂ। ਜਿੱਦਾਂ ਆਪਾਂ ਨੂੰ ਆਜ਼ਾਦੀ ਤਾਂ ਮਿਲੀ ਆ, ਪਰ ਮੇਰੇ ਅਕੋਰਡਿੰਗ ਹਜੇ ਤੱਕ ਲੜਕੀਆਂ ਲਈ ਆਜ਼ਾਦੀ ਉਹ ਉੱਦਾਂ ਨਹੀਂ ਮਿਲੀ ਜਾਂ ਉਹ ਆਪਣਾ ਫਰੀ ਹੋ ਸਕਣ, ਫਰੀਲੀ ਸਾਰੇ ਆਪਣੀ ਗੱਲ ਰੱਖ ਸਕਣ, ਸੇ ਉਹਨਾਂ ਲਈ ਸੇਫਟੀ ਪ੍ਰੋਪਰ ਨਹੀਂ ਹੈ, ਫਰੀਲੀ ਜਾ ਨਹੀਂ ਸਕਦੀਆਂ ਕਿਤੇ, ਇਕੱਲੀਆਂ ਨਹੀਂ ਜਾ ਸਕਦੀਆਂ। ਐਂਡ ਐਜੂਕੇਸ਼ਨ ਦੀ ਗੱਲ ਕਰੀਏ, ਮੋਸਟਲੀ ਘਰ ਦੇ ਸੋਚਦੇ ਆ ਕਿ
ਐਜੂਕੇਸ਼ਨ ਜਿਵੇਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਬਾਹਰ ਰਹਿਣ ਤੋਂ ਰੋਕਦੇ ਆ ਵੀ ਤੁਸੀਂ ਘਰ ਹੀ ਰਹਿ ਕੇ ਆਪਦੀ ਐਜੂਕੇਸ਼ਨ ਕੰਪਲੀਟ ਕਰੋ ਜਾਂ ਫਿਰ ਹੋਸਟਲ ਹੀ ਉਹਨਾਂ ਨੂੰ ਕੀਤੇ ਜਾਂਦੇ ਆ ਪ੍ਰੋਵਾਈਡ ਕਿ ਹਾਂ ਵੀ ਹੋਸਟਲ 'ਚ ਤੱਕ ਜਾਓ ਅਤੇ ਉੱਥੋਂ ਹੀ ਵਾਪਸ ਤੁਸੀਂ ਆਪਣੀ ਕਲਾਸ ਤੱਕ ਜਾਓ। ਇਸ ਸਮਾਜ ਦੇ ਵਿੱਚ ਜਾਤ ਪਾਤ ਜੋ ਕਿ ਇੱਕ ਜਨਮ ਤੋਂ ਲੈ ਕੇ ਮਰਨ ਦੇ ਤੱਕ ਧਰਮ ਜੋ ਇੱਕ ਜਨਮ ਤੋਂ ਲੈ ਕੇ ਮਰਨ ਦੇ ਤੱਕ ਹੋਰ ਵੀ ਬਹੁਤ ਸਾਰੀਆਂ ਕੁਰੀਤੀਆਂ ਨੇ ਜੋ ਸਾਡੇ ਸਮਾਜ ਵਿੱਚ ਪਈਆਂ ਹੋਈਆਂ ਨੇ। ਆਜ਼ਾਦੀ ਵਿਚਾਰਾਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਪਹਿਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਹਰ ਥਾਂ ਵਿਚਾਰਾਂ ਦੀ ਖੁੱਲ੍ਹ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕਿ ਜਿਹੜਾ 15 ਅਗਸਤ 1947 ਆ ਇਹ ਕੋਈ ਆਜ਼ਾਦੀ ਨਹੀਂ ਹੈਗੀ, ਇਹ ਸਿਰਫ ਸੱਤਾ ਦਾ ਪਰਿਵਰਤਨ ਆ, ਇੱਕ ਹੱਥ ਦੇ ਵਿੱਚੋਂ ਦੂਜੇ ਹੱਥਾਂ ਦੇ ਵਿੱਚ ਗਈ ਆ। ਆਜ਼ਾਦੀ ਤਾਂ ਉਹ ਹੈ ਜਿਹੜਾ ਸੁਪਨਾ ਸ਼ਹੀਦ ਭਗਤ ਸਿੰਘ ਹੋਣਾ ਨੇ ਲਿਆ ਸੀਗਾ, ਅਤੇ ਵੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਆ ਅਤੇ ਬਰਾਬਰਤਾ ਦਾ ਸਮਾਜ ਸਿਰਜਣਾ ਜਿੱਥੇ ਕੋਈ ਔਰਤ ਅਤੇ ਮਰਦਾਂ ਦਾ ਵਿਤਕਰਾ ਨਾ ਹੋਵੇ ਅਤੇ ਜਾਤੀਪਾਤੀ ਵਿਤਕਰਾ ਨਾ ਹੋਵੇ, ਊਚ ਨੀਚ ਨਾ ਹੋਵੇ। ਤਾਂ ਸਾਡਾ ਭਾਵ ਇਹੀ ਹੈ ਵੀ ਜਦੋਂ ਤੱਕ ਉਹ ਆਜ਼ਾਦੀ ਨਹੀਂ ਪੂਰੀ ਹੁੰਦੀ ਤਾਂ ਅਸੀਂ ਇਸ ਆਜ਼ਾਦੀ ਨੂੰ ਤਾਂ ਅਸੀਂ ਕਾਲੀ ਆਜ਼ਾਦੀ ਸਮਝਦੇ ਹਾਂ, ਕੋਈ ਆਜ਼ਾਦੀ ਨਹੀਂ ਹੈਗੀ, ਤਾਂ ਇਹ ਗੁਲਾਮੀ ਹੀ ਹੈ। ਕਿ 15 ਅਗਸਤ ਜਿਹੜੀ ਆਜ਼ਾਦੀ ਦੇ ਤੌਰ 'ਤੇ ਨਹੀਂ ਮਨਾਇਆ ਜਾਣਾ ਚਾਹੀਦਾ ਕਿਉਂਕਿ ਇਹ 'ਚ ਕੋਈ ਆਜ਼ਾਦੀ ਨਹੀਂ ਹੈਗੀ, ਜਿਵੇਂ ਆਪਾਂ ਯੂਨੀਵਰਸਿਟੀ ਦੇ ਵਿੱਚ ਹੀ ਦੇਖ ਸਕਦੇ ਹਾਂ ਕਿਉਂਕਿ ਇੱਥੇ ਮੁੰਡੇ ਅਤੇ ਕੁੜੀ ਦੇ ਵਿੱਚ ਹੀ ਬਹੁਤ ਡਿਫਰੈਂਸ ਕਰਿਆ ਜਾਂਦਾ ਵੀ ਮੁੰਡਿਆਂ ਨੂੰ ਤਾਂ ਫੁੱਲ ਆਜ਼ਾਦੀ ਹੈ, ਜਦੋਂ ਮਰਜ਼ੀ ਹੋਸਟਲ 'ਚ ਆਓ ਜਾਓ, ਮਤਲਬ ਕਦੋਂ ਮਰਜ਼ੀ ਬਾਹਰ ਆ ਜਾ ਸਕਦੇ ਆ। ਕੁੜੀਆਂ ਨੂੰ ਕੋਈ ਆਜ਼ਾਦੀ ਨਹੀਂ ਹੈਗੀ ਵੀ 8 ਵਜੇ ਜਿਵੇਂ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਨਹੀਂ ਬੰਦ ਕਰ ਦਿੰਦੇ, ਕੁੜੀਆਂ ਨੂੰ ਉਵੇਂ ਬੰਦ ਕਰ ਦਿੰਦੇ ਆ। ਕੁੜੀਆਂ ਲਈ ਤਾਂ ਕੋਈ ਆਜ਼ਾਦੀ ਵੀ ਨਹੀਂ ਹੈਗੀ, ਮੁੰਡਿਆਂ ਲਈ ਥੋੜ੍ਹੀ ਹੈਗੀ ਪਰ ਉਹਨਾਂ ਲਈ ਵੀ ਪੂਰੀ ਨਹੀਂ ਹੈਗੀ। ਆ ਸਾਡੇ ਇੰਡੀਆ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਉਹ ਆਪਣਾ ਰੁਜ਼ਗਾਰ ਤੋਰਨ, ਕਿਉਂ ਉਹ ਬਾਹਰ ਜਾ ਕੇ ਪੜ੍ਹਾਈਆਂ ਕਰ ਰਹੇ ਨੇ? ਏਅਰਪੋਰਟ ਭਰੇ ਪਏ ਨੇ ਜਿੱਥੇ ਸਾਡੇ ਸਟੂਡੈਂਟ ਬਾਹਰ ਨੂੰ ਵਹੀਰਾਂ ਘੱਤ ਰਹੇ ਨੇ। ਉਹਨਾਂ ਦਾ ਬਾਹਰ ਜਾਣ ਦਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਬਾਹਰ ਜਾ ਕੇ ਕੰਮ ਕਰੀਏ। ਅਸੀਂ ਅੰਗਰੇਜ਼ ਪਹਿਲਾਂ ਕੱਢੇ ਦੇਸ਼ ਦੇ ਵਿੱਚੋਂ, ਅਸੀਂ ਫਿਰ ਹੁਣ ਉਹਨਾਂ ਅੰਗਰੇਜ਼ਾਂ ਦੇ ਥੱਲੇ ਕੰਮ ਕਰਨ ਜਾ ਰਹੇ ਹਾਂ। ਜੇ ਸਾਨੂੰ ਆਜ਼ਾਦੀ ਇੱਥੇ ਮਿਲੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਸਾਡੇ ਬੱਚੇ ਬਾਹਰ ਅੰਗਰੇਜ਼ਾਂ ਦੇ ਥੱਲੇ ਦੁਬਾਰਾ ਕੰਮ ਕਰਨ ਨਾ ਜਾਣ। ਜ਼ਿੰਦਗੀ ਦੇ ਹਰ ਪੱਖ ਦੇ ਵਿੱਚ, ਚਾਹੇ ਉਹ ਐਜੂਕੇਸ਼ਨ ਹੋਵੇ, ਚਾਹੇ ਸਿਕਿਉਰਿਟੀ ਹੋਵੇ, ਚਾਹੇ ਬੈਂਕਿੰਗ ਸਿਸਟਮ ਹੋਵੇ, ਚਾਹੇ ਰੁਜ਼ਗਾਰ ਹੋਵੇ, ਹਰ ਇੱਕ ਜਿਹੜਾ ਖੇਤਰ ਹੈ ਉਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਉਹਦੀਆਂ ਨਾਕਾਮਯਾਬੀਆਂ ਸਾਹਮਣੇ ਆ ਰਹੀਆਂ ਹਨ। ਮੌਜੂਦਾ ਸਰਕਾਰ ਕੀ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਰਕਾਰਾਂ ਨਿਰਾਜ ਕਰ ਚੁੱਕੀਆਂ ਹਨ, ਜਦੋਂ ਕਿ ਜਿਨ੍ਹਾਂ ਨੂੰ ਜਿਹੜੀਆਂ ਮੁੱਢਲੀਆਂ ਸੁਵਿਧਾਵਾਂ ਹਨ, ਰੋਟੀ ਕੱਪੜਾ ਮਕਾਨ ਰੁਜ਼ਗਾਰ, ਇਹਦੇ ਉੱਪਰ ਧਿਆਨ ਨਾ ਦੇ ਕੇ ਵੱਡੇ ਵੱਡੇ ਵਾਅਦੇ ਕਰਕੇ ਔਰ ਸਮੇਂ ਸਮੇਂ 'ਤੇ ਇਹਨਾਂ ਤੋਂ ਮੁਕਰਿਆ ਜਾਂਦਾ ਹੈ ਸਰਕਾਰਾਂ ਵੱਲੋਂ। ਵਾਈ ਆਲ ਦਾ ਸਟੂਡੈਂਟਸ ਐਂਡ ਯੂਥ ਇਜ਼ ਫਾਈਟਿੰਗ ਔਨ ਦਾ ਸਟਰੀਟਸ ਆਫ ਇੰਡੀਆ, ਦੇ ਆਰ ਫਾਈਟਿੰਗ ਓਪਨਲੀ ਐਂਡ ਦਾ ਫਰੀਡਮ ਦੈਟ ਦੇ ਆਰ ਆਸਕਿੰਗ ਟੂਡੇ ਇਜ਼ ਦਾ ਰਾਈਟ ਟੂ ਗੈਟ ਇੰਪਲਾਇਮੈਂਟ, ਐਂਡ ਦਾ ਇੰਪਲਾਇਮੈਂਟ ਸ਼ੁੱਡ ਬੀ ਗਿਵਨ ਬਾਈ ਐਨ ਐਕਟ, ਦੈਟ ਐਕਟ ਸ਼ੁੱਡ ਬੀ ਨੇਮਡ ਐਜ਼ ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਰੰਟੀ ਐਕਟ, ਬਿਕੋਜ ਭਗਤ ਸਿੰਘ ਵਾਜ ਦਾ ਮੈਨ, the hero of Indian youth which gave his life for the country. He never thought that there should be a discrimination at the name of caste, creed or religion as our present government is doing. His dream was to give education and employment to everybody. So that is what we are fighting today in 2018, and we will fight till we don't achieve the nation as per dreamt by Bhagat Singh and his comrades. dekhe assi hale puri taur te jehde hage aa azad nahi hoye, ਅਮੀਰ ਲੋਕ ਆਜ਼ਾਦ ਹੋ ਗਏ, ਜਿਹੜੇ ਗਰੀਬ ਮਿਡਲ ਫੈਮਲੀਜ਼ ਉਹ ਨਹੀਂ ਜਿਹੜੀਆਂ ਹੈਗੀਆਂ ਨੇ ਆਪਣੀਆਂ ਆਜ਼ਾਦ ਹੋਏ। ਹੋਸਪਿਟਲ ਦੀ ਗੱਲ ਲੈ ਲਈਏ, ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਪ੍ਰੋਪਰ ਜਿਹੜਾ ਇਲਾਜ ਨਹੀਂ ਮਿਲਦਾ, ਹੋਸਪਿਟਲ ਨਹੀਂ ਮਿਲਦੇ। ਸਾਡੇ ਵੱਡੇ ਵੱਡੇ ਅਸੀਂ ਹੋਸਪਿਟਲ ਤਾਂ ਖੋਲ੍ਹਤੇ ਪਰ ਉਹਨਾਂ ਦੇ ਵਿੱਚ ਡਾਕਟਰਾਂ ਦੀ ਘਾਟ ਹੈ, ਠੀਕ ਹੈ ਜੀ। ਜਿਵੇਂ ਅਮੀਰ ਲੋਕ ਨੇ ਉਹਨਾਂ ਦੇ ਕੋਈ ਦਰਦ ਹੋਇਆ ਤਾਂ ਉਹਨਾਂ ਦੇ ਤਾਂ ਘਰ ਡਾਕਟਰ ਆਉਂਦਾ, ਉਹਨਾਂ ਨੂੰ ਤਾਂ ਮਤਲਬ ਐਮਰਜੈਂਸੀ ਮਿਲਦੀ ਹੈ।
ਪਰ ਜੇ ਕਿਸੇ ਗਰੀਬ ਲੋਕਾਂ ਦੇ ਦਰਦ ਹੁੰਦਾ ਤਾਂ ਡਾਕਟਰ ਛੁੱਟੀ 'ਤੇ ਹੁੰਦਾ, ਡਾਕਟਰ ਬਾਹਰ ਹੁੰਦਾ। ਵਿਦਿਆਰਥੀ ਅਤੇ ਬੁੱਧੀਜੀਵੀਆਂ ਨਾਲ ਗੱਲ ਕਰਨ ਤੋਂ ਬਾਅਦ ਅੱਜ ਮੈਨੂੰ ਇੱਕ ਸ਼ੇਅਰ ਯਾਦ ਆ ਰਿਹਾ ਕਿ ਵਹਿਮ ਥਾ ਕਿ ਬਾਗ ਆਪਣਾ ਹੈ, ਵਹਿਮ ਥਾ ਕਿ ਬਾਗ ਆਪਣਾ ਹੈ, ਤੂਫਾਨ ਕੇ ਬਾਅਦ ਪਤਾ ਚਲਾ, ਸੂਖੇ ਪੱਤੋਂ ਪਰ ਵੀ ਹੱਕ ਹਵਾਓਂ ਕਾ ਥਾ। ਜੀ ਹਾਂ, ਆਜ਼ਾਦੀ ਦੇ 71 ਸਾਲ ਬਾਅਦ ਵੀ ਅੱਜ ਜਿਹੜਾ ਆਮ ਨਾਗਰਿਕ ਹੈ ਉਹ ਦੇਸ਼ ਵਿੱਚ ਆਜ਼ਾਦੀ ਮਹਿਸੂਸ ਨਹੀਂ ਕਰ ਰਿਹਾ। ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਪਾਉਣਾ ਹੀ ਸਿਰਫ ਆਜ਼ਾਦੀ ਸੀ? ਇਸ ਦਾ ਜਵਾਬ ਤੁਸੀਂ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇ ਸਕਦੇ ਹੋ। ਬਾਕੀ ਆਪਣੇ ਸੁਝਾਅ ਵੀ ਉਸ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੇ ਸਕਦੇ ਹੋ। ਜੇ ਵੀਡੀਓ ਚੰਗੀ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।